ਰਾਨੀ ਫਿਲਹਾਲ ਤੁਹਾਨੂੰ ਪਤਾ ਮਾਲ ਨਹੀਂ ਆ ਰਿਹਾ ਰਾਨੀ ਦਾ ਤੇ ਫਿਰ ਚਾਈਨਾ ਦੀ ਬਹੁਤ ਗਈ सब तू अच्छी टाइल कड़े ब्रांड टाइम सब तो टाइल ठीक हो गया इसी कोई ग्रेडिंग ना भी डिफरेंस होना है नहीं चलता पाया ठीक है ग्रेड सब तू हाई प्राइस कितनी है टाइल और सब तू लो कितनी है सब तो ज्यादा कितने अस्सलाम वालेकुम दोस्तों उम्मीद करना कि तुम सारे बंदे वाले सो तो मैं सुना दोस्त नबील अल्ताफ तो तुम तकीरो अपना यूट्यूब चैनल तो फेसबुक पेज नबील एंटरटेनमेंट तो दोस्तों जिस तरह की अपनी कल नी वीडियो से मैं दसिया सी कि अस आई गए कंगनी बाईपास टाइल्स नी मार्केट एक मकान टाइल कि सन तो अस गुजरां आए हैं टाइल मार्केट ने अंदर तो इतने हूँ अस जुलने कोई दुकाना जितों टाइल जी तकने इन्होंने जी प्राइस है वह मालूम करने हैं तो तुसों नाल भी जो आइडिया शेयर करने हैं तो चलो शुरू करने आई नी वीडियो जनाब दूई दुकान है सजाद टाइल्स एक बार पहले भी हजरत दसने कि इतों टाइल की तो जुलने हूँ अंदर इतने कई बार इशू होना कि जो इन्होंने आर्टिकल होने उन्होंने ये वीडियो नहीं कैप्चर कर देने इन्हों को पता करी नहीं कि वीडियो अलाओ है या नहीं अलाओ सब जो तकने पे वही आने पे यही ठीक है ये सब जनाब चेक कर सकने इन्हों को वैरायटी लगी है सब जरा सैटअप है सब वाशरूम नहीं टाइल जान ए वुडन से सब भी पसंद है ने एला ए दोए इवन ए दोए सैंपल जड़े लगे ना ए दोए अच्छे हैं अच्छा करो ये पूरी मार्केट जड़ी है ना सब टाइल नहीं है इस तरफ अगर ऐसा तो इस तरफ भी टाइल्स लगी हैं कुछ वाशरूम्स हैं कुछ फेस हैं कुछ फ्लोर हैं कमर्शियल हो केड़ी अपने कोल लगी बगैर ही कमर्शियल सिर्फ 3 और कोई होता है जेड़ा माइनर जहां होता है 3 हो जाए ब्लैक कॉर्ड में स्टार्ट होता है जनाब एक दुकान पर और पहुंची आया बड़े मजे ने आर्टिकल इतने पे वे ए कुछ सैंपल नीचे फ्लोर पर चेक करो मब पाला ही हर वे मब मारे टाइप भी सोनी है थोड़ी डिसेंट भी है किसी को पैर शैर लगे दूसरे भी नहीं लगा की अगला गल प्राइस क्या है दोवे मार्केट आई गए एक भाई नायलन जेड़ा नया बंदा मार्केट टाइल खरीदने उस वास्ते एक मैसेज रिकॉर्ड करवाने लगे ओ मैसेज में समझना कि जेड़ा बंदा भी टाइल खरीदने ते इशना पहले मैसेज जरूर सुनो जी भाई ਕੋਈ ਵੀ ਕੋ ਕਸਟਮਰ ਸਸਤੇ ਦਾ ਠੀਕ ਹੋ ਗਿਆ ਸਮਝ ਦੇ
ਦੇਖੋ 1160 ਰੁਪਏ ਤੁਹਾਨੂੰ ਮਿਲਦੇ 1130 ਰੁਪਏ ਕਿਸ ਤਰ੍ਹਾਂ ਦੇ ਸਕਦਾ ਤੁਹਾਨੂੰ ਇੱਕ ਚੀਜ਼ ਦਾ ਪੈਮਾਇਸ਼ ਦਾ ਨਹੀਂ ਪਤਾ ਪੈਮਾਇਸ਼ ਵਿੱਚ ਦੋ ਨੰਬਰ ਹੀ ਹੋ ਜਾਂਦੇ ਦੋ ਨੰਬਰ ਦੂਜੇ ਨੰਬਰ ਇਹ ਦੱਸੋ ਕਿ ਇਸ ਮਾਰਕੀਟ 'ਚ ਕਿਹੜੀ ਕਿਹੜੀ ਟਾਇਲ ਅਵੇਲੇਬਲ ਹੈ ਮਾਸਟਰ ਦੀ ਹੈ ਟਾਈਮ ਦੀ ਹੈ ਹੋਰ ਉਸ ਤੋਂ ਇਲਾਵਾ ਓਰੀਅਲ ਦੀ ਹੈ ਸਭ ਤੋਂ ਅੱਛੀ ਟਾਇਲ ਕਿਹੜੇ ਬ੍ਰਾਂਡ ਦੀ ਵਾਲ ਟਾਇਲ ਠੀਕ ਹੋ ਗਿਆ ਇਸ ਵਿੱਚ ਕੋਈ ਗ੍ਰੇਡਿੰਗ ਨਾਲ ਵੀ ਡਿਫਰੈਂਸ ਹੋਣਾ ਸਭ ਤੋਂ ਸਸਤੀ ਲੋਕਲ ਪਾਕਿਸਤਾਨੀ ਟਾਇਲ ਕਿਸ ਤਰ੍ਹਾਂ ਮੀਟਰ ਉਹ ਕਿੰਨਿਆਂ ਦੀ ਲੱਭ ਰਹੀ ਹੈ ਮੀਟਰ ਜਨਾਬ ਇਹ ਤੁਸੀਂ ਛੋਟਾ ਜਿਹਾ ਇੰਟਰਵਿਊ ਇਹਨਾਂ ਭਾਈ ਹੋਰ ਨਾਲ ਅਟੈਚ ਕਰਨ ਦਾ ਮਕਸਦ ਇਹ ਸੀ ਕਿ ਮਾਰਕੀਟ ਹੀ ਆਓ ਤੇ ਇਹ ਚੀਜ਼ਾਂ ਚੈੱਕ ਕਰੀ ਲਓ ਜਨਾਬ ਇੱਥੇ ਮਾਰਕੀਟ ਨੇ ਅੰਦਰ ਨਾ ਨਈ ਟਾਇਲ ਆਈ ਹੈ ਜਿਸ ਨਾਲ ਸਾਈਜ਼ 2 ਫਿਟ ਔਰ ਹਾਈਟ ਇਸ ਨੀ 4 ਫਿਟ ਜਿਸ ਕੀ ਤਾਕਤ ਜਾਣਾ 24x48 ਦੋ ਆਰਟੀਕਲ ਸਿਲੈਕਟ ਹੋਏ ਸਰ ਜੀ ਕਿਆ ਆਰਟੀਕਲ ਸਿਲੈਕਟ ਹੋਇਆ ਦੂਆ ਆਰਟੀਕਲ ਸਿਲੈਕਟ ਹੋਇਆ ਜਨਾਬ ਐਲ ਇਹ ਦੋ ਆਰਟੀਕਲ ਜਨਾਬ ਸਿਲੈਕਟ ਹੋਏ ਇਹ ਜਨਾਬ ਹੁਣ ਬਿੱਲ ਬਣ ਰਿਹਾ ਇੱਥੇ ਇਸ ਨਾਲ ਇੱਥੋਂ ਇਹ ਬਿੱਲ ਦੇਣਾ ਉਸ ਤੋਂ ਬਾਅਦ ਬਾਕੀ ਟਾਇਲ ਜਿਹੜੀ ਆ ਉਹ ਖਰੀਦਣੀ ਹੈ ਇਹ ਜਨਾਬ ਹੋਈ ਗਈ ਨੇ ਡੀਲ ਡਨ ਕਿਤੇ ਡਨ ਹੋਈ ਹੈ ਜੀ ਕਿਤੇ 400 ਮੀਟਰ ਫਲੋਰ ਟਾਇਲ 310 5,46,000 24x48 ਇਹ ਜਨਾਬ ਮੌਲੀ ਸਾਹਿਬ ਕੇ ਪੈਸੇ ਦੇਈ ਹੋਣੇ ਤਾਂ ਹੁਣ ਜੁਲਣੀ ਹੈ ਤੇ ਕਿੰਨੀ ਹੈ ਕਿਹੜੀ ਫੇਸ ਟਾਇਲ ਤੇ ਵਾਸ਼ਰੂਮਾਂ ਨੇ ਟਾਇਲ ਉਹ ਵੀ ਚੈੱਕ ਕਰਨੇ ਜੁਲਦੇ ਅੱਗੇ ਚੈੱਕ ਕਰ ਸਕਦੇ ਦੋਸਤੋ ਕਿ ਸੁਬੋ 11:30-12 ਵਜੇ ਨੀ ਜਿਹੜੀ ਆ ਉਹ ਕੰਮ ਸ਼ੁਰੂ ਹੈ ਤੇ ਇਸ ਟਾਈਮ ਘੜੀ ਪਰ ਵੱਜਣੇ ਪੈਣ 6:19 ਇਹ ਫਾਈਨਲ ਸ਼ੋਰੂਮ ਹੈ ਜਿੱਥੋਂ ਕੁਝ ਟਾਇਲਸ ਜਿਹੜੀਆਂ ਉਹ ਪਸੰਦ ਆਈ ਗਈਆਂ ਜਿਸ ਵਿੱਚ ਮੋਸਟਲੀ ਜਿਹੜੇ ਵਾਸ਼ਰੂਮ ਦੀਆਂ ਟਾਇਲਸ ਹਨ ਉਹ ਪਸੰਦ ਕਰਵਾਈਆਂ ਤੁਸੀਂ ਕਿ ਮੈਂ ਸ਼ੋਰੂਮ ਹੀ ਦੱਸਣਾ ਇਹ ਸ਼ੋਰੂਮ ਹੈ ਜਿਸ ਕੋਲ ਟਾਇਲਸ ਜਿਹੜੀਆਂ ਉਹ ਪਰਚੇਜ ਹੋਈਆਂ ਇਹ ਚੈੱਕ ਕਰ ਸਕਦੇ ਹੋ ਇਸ ਵਿੱਚ ਇੱਕ ਇਹ ਡਿਜ਼ਾਇਨ ਸਿਲੈਕਟ ਹੋਇਆ ਉਸ ਤੋਂ ਬਾਅਦ ਇੱਕ ਇਹ ਡਿਜ਼ਾਇਨ ਸਿਲੈਕਟ ਹੋਇਆ ਇੱਕ ਡਿਜ਼ਾਇਨ ਇਹ ਸਿਲੈਕਟ ਹੋਇਆ ਇੱਕ ਡਿਜ਼ਾਇਨ ਇਹ ਸਿਲੈਕਟ ਹੋਇਆ ਠੀਕ ਹੈ ਇਹ 4 ਹੋ ਗਏ 5ਵਾਂ ਡਿਜ਼ਾਇਨ ਵੀ ਮੈਂ ਤੁਹਾਨੂੰ ਦੱਸਣਾ ਇਹਨਾਂ ਕੋਲ ਕਾਫੀ ਜਿਹੜਾ ਉਹ ਜ਼ਿਆਦਾ ਤਾਦਾਦ ਵਰਾਇਟੀ ਜਿਹੜੀ ਆ ਉਹ ਮੌਜੂਦ ਹੈ 5 ਸ਼ੋਰੂਮ ਅਸਾਂ ਟਾਇਲਸ ਲਈਆਂ ਬਹੁਤ ਬੜਾ ਸ਼ੋਰੂਮ ਹੈ ਕਿਸੇ ਬੰਦੇ ਵੀ ਅਗਰ ਟਾਇਲਸ ਜਾਂ ਸੈਂਟਰੀ ਨਾ ਸਮਾਨ ਕਿ ਨਵਾਂ ਇੱਥੋਂ ਕਿ ਨਹੀਂ ਸਕਣਾ ਬਹੁਤ ਜ਼ਿਆਦਾ ਕੁਆਂਟਿਟੀ ਜਿਹਨਾਂ ਕੋਲ ਟਾਇਲਸ ਹਨ ਭਾਜੀ ਕਿੰਨੇ ਉਹ ਜਿਹੜੀ 5ਵੀਂ ਟਾਇਲ ਲਈ ਉਹਨੂੰ ਵਿਛਾਓ ਇਹ ਜਨਾਬ 5ਵਾਂ ਵਾਸ਼ਰੂਮ ਹੈ ਜਿਹੜਾ ਅੱਜ ਪਰਚੇਜ਼ ਕੀਤਾ ਗਿਆ ਭਾਜੀ ਕਿਹੜੇ ਕਿਹੜੇ ਖਾਨਦਾਨ ਦੀ ਟਾਇਲ ਆਪਣੇ ਕੋਲ ਪਈ ਹੈ ਇੱਥੇ ਠੀਕ ਹੋ ਗਿਆ ਤੇ ਆਪਣਾ ਕੰਟੈਕਟ ਨੰਬਰ ਬੋਲੋ ਕਿਸੇ ਬੰਦੇ ਨੇ ਲੈਣਾ ਹੋਵੇ ਮਾਲ ਤੇ 0374-37499 ਇਹ ਭਾਈ ਦਾ ਨੰਬਰ ਹੈ ਕਿਸੇ ਬੰਦੇ ਵੀ ਜਿਹੜੀਆਂ ਨੇ ਉਹ ਟਾਇਲਾਂ ਕਿੰਨੀਆਂ ਮੈਂ ਨਾਲ ਕੰਟੈਕਟ ਕਰੋ ਤੇ ਜਿਹੜਾ ਬੰਦਾ ਮਾੜੀ ਵੀਡੀਓ ਤੱਕ ਹੀ ਕੰਟੈਕਟ ਕਰ ਸੀ ਉਸ ਵਾਸਤੇ ਕੋਈ ਰਿਲੈਕਸੇਸ਼ਨ ਜੀ ਤੇ ਦੋਸਤੋ ਇਹ ਚੈੱਕ ਕਰ ਸਕਣਾ ਸੈਂਟਰੀ ਨੇ ਸਮਾਨ ਇਹਨਾਂ ਕੋਲ ਕਾਫੀ ਜ਼ਿਆਦਾ ਤਾਦਾਦ ਅਸਾਂ ਜਿਹੜੀ ਇਹਨਾਂ ਕੋਲ ਸਮਾਨ ਕਿੰਦਾ ਵੀ ਹੈ ਔਰ ਇਸ ਤਰ੍ਹਾਂ ਲੱਗਣਾ ਪਿਆ ਕਿ ਇਸੇ ਜਗ੍ਹਾ ਜਿਹੜੀ ਅੱਜ ਦੀ ਵੀਡੀਓ ਸੀ ਖਤਮ ਕਰਨਾ ਪਿਆ ਸੀ ਇਹ ਜਿਹੜੀਆਂ ਟਾਇਲਸ ਘਿੰਦੀਆਂ ਨੇ ਜਿਸ ਟਾਈਮ ਮਕਾਨ ਪਰ ਲੱਗ ਸਨ ਉਹ ਵੀ ਤੁਸੀਂ ਕੀ ਦੱਸਾਂ
ते अज नी जेड़ी असनी वीडियो है ओ इस जगह उसी खत्म। ते मिकी दो इजाजत, अपना रखो ख्याल, अल्लाह हाफिज़।